ਅੰਧੇ ਕੈਰਾ ਦੱਸੀਐ। ਹੁਣ ਇੱਥੇ ਅੰਨਾ ਕੌਣ ਹੈ? ਸਰੀਰਕ ਤੌਰ ਦੇ ਉੱਤੇ ਜਿਸ ਮਨੁੱਖ ਦੀਆਂ ਅੱਖਾਂ ਨਹੀਂ ਹੈਗੀਆਂ ਉਹਦੀ ਗੱਲ ਨਹੀਂ ਹੋ ਰਹੀ ਇੱਥੇ, ਇੱਥੇ ਗੱਲ ਹੋ ਰਹੀ ਹੈ ਅਗਿਆਨੀ ਮਨੁੱਖ ਦੀ, ਜਿਹਨੇ ਸੱਚ ਨਾਲੋਂ ਆਪਣਾ ਨਾਤਾ ਤੋੜਿਆ ਹੋਇਆ ਹੈ। ਕਹਿੰਦੇ ਹੁਣ ਇੱਕ ਐਸਾ ਮਨੁੱਖ ਹੈ ਜਿਹੜਾ ਅੰਨਾ ਹੈ, ਜਿਹੜਾ ਅਗਿਆਨੀ ਹੈ, ਅੰਧੇ ਕੈਰਾ ਦੱਸੀਐ, ਅੰਧਾ ਹੋਏ ਸੋ ਜਾਏ। ਕਹਿੰਦੇ ਹੁਣ ਅਗਿਆਨੀ ਮਨੁੱਖ ਕਿਸੇ ਦੂਸਰੇ ਨੂੰ ਕੋਈ ਰਸਤਾ ਦੱਸੇ ਅਤੇ ਉਹ ਵੀ ਅਗਿਆਨੀ ਹੋਏਗਾ, ਜਿਹੜਾ ਅਗਿਆਨੀ ਦਾ ਰਸਤਾ ਸੁਣ ਕੇ ਅਤੇ ਉਸ ਪਾਸੇ ਨੂੰ ਤੁਰ ਪਏਗਾ। ਹੁਣ ਗੌਰ ਕਰਿਓ, ਦੁਨੀਆ ਦੇ ਵਿੱਚ ਕਿੰਨੇ ਲੋਕ ਤੁਹਾਨੂੰ ਐਸੇ ਮਿਲਣਗੇ ਜਿਹੜੇ ਆਪ ਅਗਿਆਨੀ ਨੇ ਪਰ ਉਹ ਦੂਜਿਆਂ ਨੂੰ ਰਸਤਾ ਦੱਸਦੇ ਫਿਰਦੇ ਨੇ? ਕਿੰਨੇ ਲੋਕ ਤੁਹਾਨੂੰ ਐਸੇ ਮਿਲਦੇ ਹੋਣਗੇ ਦੁਨੀਆ ਦੇ ਵਿੱਚ ਜਿੰਨੇ ਸੋ ਕਾਲਡ ਬਾਬੇ ਨੇ, ਜਿਹੜੇ ਆਪਣੇ ਆਪ ਨੂੰ ਧਰਮ ਗੁਰੂ ਅਖਵਾਉਂਦੇ ਨੇ, ਜਿਹੜੇ ਆਪਣੇ ਆਪ ਨੂੰ ਮਹਾਂਪੁਰਸ਼ ਅਖਵਾਉਂਦੇ ਨੇ, ਪਤਾ ਨਹੀਂ ਵੱਡੇ ਵੱਡੇ ਨਾਮਾਂ ਵਾਲੇ ਜਿਨ੍ਹਾਂ ਦੇ ਨਾਮ ਦੇ ਅੱਗੇ ਕਿਸੇ ਦੇ 108 ਲੱਗਦਾ ਹੈ, 1008 ਲੱਗਦਾ ਹੈ, ਬੜੀਆਂ ਬੜੀਆਂ ਡਿਗਰੀਆਂ ਵਾਲੇ ਬਾਬੇ ਨੇ ਨਾ, ਕਿੰਨੇ ਬਾਬੇ ਨੇ ਜਿਹੜੇ ਅੱਜ ਉਹ ਜੇਲ੍ਹ ਦੇ ਵਿੱਚ ਵੀ ਬੈਠੇ ਹੋਏ ਨੇ, ਉਹਨਾਂ ਦੇ ਉੱਤੇ ਵੈਬ ਸੀਰੀਜ਼ ਤੱਕ ਬਣ ਗਈਆਂ, ਫਿਲਮਾਂ ਤੱਕ ਬਣ ਗਈਆਂ। ਕਹਿੰਦੇ ਤਾਂ ਉਹ ਵੀ ਇਹੀ ਸੀ ਨਾ ਕਿ ਅਸੀਂ ਦੁਨੀਆ ਦੇ ਲੋਕਾਂ ਨੂੰ ਰਾਹ ਦੱਸਣ ਵਾਲੇ ਹਾਂ, ਰਸਤਾ ਦੱਸਣ ਵਾਲੇ ਹਾਂ। ਅਤੇ ਬਹੁਤੇ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਦੇ ਵੱਲੋਂ ਦੱਸੇ ਹੋਏ ਰਸਤੇ ਦੇ ਉੱਤੇ ਤੁਰ ਵੀ ਪਏ ਪਰ ਬਾਬਾ ਆਪ ਜੇਲ੍ਹ ਦੇ ਵਿੱਚ ਚਲਿਆ ਗਿਆ। ਹੁਣ ਜਿਹੜਾ ਆਪ ਹੀ ਪੁੱਠੇ ਕੰਮ ਕਰਕੇ ਜੇਲ੍ਹ ਦੇ ਵਿੱਚ ਚਲਿਆ ਗਿਆ, ਜਿਹੜਾ ਰਸਤਾ ਉਹਨੇ ਲੋਕਾਂ ਨੂੰ ਦੱਸਿਆ ਹੋਵੇਗਾ, ਉਹ ਲੋਕ ਦੱਸੋ ਕੀ ਸਵਾਰ ਰਹੇ ਹੋਣਗੇ ਦੁਨੀਆ ਦੇ ਉੱਤੇ, ਕੀ ਸਵਾਰ ਰਹੇ ਹੋਣਗੇ? ਤਾਂ ਹੀ ਉਹ ਨਾ ਬਾਬਾ ਕਬੀਰ ਜੀ ਦਾ ਇੱਕ ਵਾਕ ਬੜਾ ਪਿਆਰਾ ਆਉਂਦਾ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਜਿਹੇ ਮਾਰਗ ਪੰਡਿਤ ਗਏ। ਪੰਡਿਤ ਵੈਸੇ ਗਿਆਨਵਾਨ ਨੂੰ ਕਿਹਾ ਜਾਂਦਾ, ਜਿਹੜਾ ਗਿਆਨਵਾਨ ਹੋਵੇ ਨਾ ਉਹਨੂੰ ਕਿਹਾ ਜਾਂਦਾ ਜੀ ਇਹ ਪੰਡਿਤ ਹੈ, ਇਹ ਗਿਆਤਾ ਹੈ। ਪਰ ਜਿਹੜਾ ਇੱਥੇ ਪੰਡਿਤ ਲਫ਼ਜ਼ ਆਇਆ ਨਾ, ਇੱਥੇ ਆਇਆ ਉਸ ਬੰਦੇ ਦੇ ਵਾਸਤੇ ਜਿਹੜਾ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਆਪਣੀ ਦੁਕਾਨਦਾਰੀ ਚਲਾਉਂਦਾ ਹੈ। ਬਾਬਾ ਕਬੀਰ ਜੀ ਨੇ ਉਸ ਨੂੰ ਇੱਥੇ ਪੰਡਿਤ ਆਖਿਆ। ਕਹਿੰਦੇ ਇਹ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਆਪਣੀ ਦੁਕਾਨਦਾਰੀ ਚਲਾਉਣ ਵਾਲਾ ਜਿਹੜਾ ਪੰਡਿਤ ਹੈ, ਹੁਣ ਸੱਚ ਕਰਕੇ ਜਾਣਿਓ ਇਹ ਕੋਈ ਵੀ ਹੋ ਸਕਦਾ, ਉਹਦਾ ਬਾਹਰੋਂ ਦੀ ਭੇਖ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਠੀਕ ਹੈ ਨਾ, ਉਹ ਨੰਗੇ ਸਿਰ ਵਾਲਾ ਵੀ ਹੋ ਸਕਦਾ, ਉਹ ਲੰਬੇ ਵਾਲਾਂ ਵਾਲਾ ਵੀ ਹੋ ਸਕਦਾ, ਉਹਨੇ ਹੋ ਸਕਦਾ ਦਸਤਾਰ ਵੀ ਬੰਨੀ ਹੋਵੇ, ਉਹ ਕਿਸੇ ਵੀ ਤਰ੍ਹਾਂ ਦਾ ਉਹਨੇ ਪਹਿਰਾਵਾ ਪਾਇਆ ਹੋਵੇ, ਨੀਲਾ, ਚਿੱਟਾ, ਕਾਲਾ, ਹਰਾ, ਲਾਲ, ਪੀਲਾ, ਕਿਸੇ ਵੀ ਤਰ੍ਹਾਂ ਦਾ ਉਹਨੇ ਪਹਿਰਾਵਾ ਪਾਇਆ ਹੋ ਸਕਦਾ। ਇੱਥੇ ਬਾਬਾ ਕਬੀਰ ਜੀ ਨੇ ਪੰਡਿਤ ਲਫ਼ਜ਼ ਵਰਤ ਕੇ ਹਰ ਇੱਕ ਉਸ ਅਗਿਆਨੀ ਦੀ ਗੱਲ ਕਰ ਦਿੱਤੀ ਹੈ ਜਿਹੜਾ ਨਾ ਲੋਕਾਂ ਨੂੰ ਆਪਣੇ ਪਿੱਛੇ ਲਾ ਰਿਹਾ ਪਰ ਉਹਨੂੰ ਆਪ ਨੂੰ ਕੱਖ ਨਹੀਂ ਪਤਾ ਅਤੇ ਲੋਕਾਂ ਨੂੰ ਵੀ ਉਹ ਕਿਹੜੇ ਪਾਸੇ ਨੂੰ ਲੈ ਕੇ ਜਾਏਗਾ, ਅਤੇ ਲੋਕ ਤੁਰੇ ਵੀ ਹੋਏ ਨੇ ਇਹੋ ਜਿਹੇ ਦੇ ਪਿੱਛੇ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਜਿਹੇ ਮਾਰਗ ਪੰਡਿਤ ਗਏ। ਜਿਸ ਮਾਰਗ ਦੇ ਉੱਤੇ ਪੰਡਿਤ ਲੋਕ ਗਏ, ਵਹਿਮਾਂ ਭਰਮਾਂ ਦੇ ਵਿੱਚ ਪਾਉਣ ਵਾਲੇ ਲੋਕ ਗਏ, ਹੋਇਆ ਪਤਾ ਕੀ? ਪਾਛੈ ਪਰੀ ਵਹੀਰ। ਕਹਿੰਦੇ ਪਿੱਛੇ, ਉਹਨਾਂ ਦੇ ਪਿੱਛੇ ਨਾ ਲੋਕ ਵਹੀਰਾਂ ਕੱਤ ਕੇ ਤੁਰ ਪਏ ਨੇ, ਬਹੁਤਾਤ ਗਿਣਤੀ ਦੇ ਅੰਦਰ ਉਹਨਾਂ ਦੇ ਪਿੱਛੇ ਲੋਕ ਜਿਹੜੇ ਨੇ ਉਹ ਤੁਰੇ ਹੋਏ ਨੇ। ਹੁਣ ਤੁਸੀਂ ਗੌਰ ਕਰਿਓ, ਜਿਹੜੇ ਬਾਬੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ, ਕਿੰਨੇ ਕਿੰਨੇ ਲੋਕ ਉਹਨਾਂ ਦੇ ਡੇਰਿਆਂ ਦੇ ਵਿੱਚ ਇਕੱਠੇ ਹੁੰਦੇ ਸੀ, ਜਰਾ ਅੰਦਾਜ਼ੇ ਲਾ ਕੇ ਵੇਖੋ। ਜਿਨ੍ਹਾਂ ਦੀਆਂ ਵੈਬ ਸੀਰੀਜ਼ ਅਤੇ ਫਿਲਮਾਂ ਤੱਕ ਬਣ ਗਈਆਂ, ਉਹਨਾਂ ਦੇ ਪਿੱਛੇ ਵੇਖੋ ਕਿੰਨੇ ਕਿੰਨੇ ਲੋਕ ਜਿਹੜੇ ਸੀ ਉਹ ਕਦੀ ਜਾਇਆ ਕਰਦੇ ਸੀ, ਹੁੰਦਾ ਸੀ ਨਾ, ਵਹੀਰਾਂ ਕੱਤ ਕੇ ਲੋਕ ਤੁਰ ਪੈਂਦੇ ਨੇ। ਅਤੇ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਪਰ ਬਾਬਾ ਕਬੀਰ ਜੀ ਕਹਿੰਦੇ, ਦੁਨੀਆ ਦੇ ਲੋਕ ਗਏ ਹੋਣਗੇ, ਮੈਂ ਨਹੀਂ ਜਾਂਦਾ, ਮੈਨੂੰ ਸਵਾਦ ਨਹੀਂ ਆਉਂਦਾ ਉਸ ਪਾਸੇ ਨੂੰ ਜਾਣ ਦਾ ਜਿੱਥੇ ਕੱਖ ਹੋਵੇ ਹੀ ਨਾ। ਦੁਨੀਆ ਦੇ ਲੋਕ ਤਾਂ ਅੰਨੇ ਨੇ, ਇਹ ਤਾਂ ਅਗਿਆਨੀ ਨੇ, ਇਹ ਤਾਂ ਕਰਕੇ ਉਸ ਪਾਸੇ ਨੂੰ ਤੁਰੇ ਹੋਏ ਨੇ, ਕਿਸੇ ਨੇ ਚਾਰ ਗੱਲਾਂ ਕੀਤੀਆਂ ਅਤੇ ਉਸ ਪਾਸੇ ਨੂੰ ਤੁਰ ਪੈਂਦੇ ਨੇ, ਕਿਸੇ ਨੇ ਚਾਰ ਜਾਦੂ ਦਿਖਾਏ, ਅਸਲ ਦੇ ਵਿੱਚ ਹੈਗੇ ਉਹ ਕੇਵਲ ਕੁਝ ਟ੍ਰਿਕ ਸੀਗੀਆਂ, ਕੋਈ ਸਾਇੰਸ ਦੀਆਂ ਟ੍ਰਿਕ ਸੀਗੀਆਂ ਉਹ ਵਿਖਾ ਦਿੱਤੀਆਂ ਅਤੇ ਲੋਕਾਂ ਨੇ ਸੋਚ ਲਿਆ ਬੜਾ ਮਹਾਨ ਹੈ ਜੀ, ਅਤੇ ਸਾਡੇ ਅੰਦਰ ਦੀ ਜਾਣਦਾ ਹੈ। ਕਹਿੰਦੇ ਮੈਨੂੰ ਪਤਾ ਕੋਈ ਮਹਾਨ ਨਹੀਂ ਹੈ, ਬਸ ਇਹ ਕਲਾਕ੍ਰਿਤੀਆਂ ਕੁਝ ਕੁ ਜਾਣਦਾ ਹੈਗਾ, ਅਤੇ ਇਹ ਤਾਂ ਕੋਈ ਵੀ ਸਿੱਖ ਕੇ ਇਹ ਕੰਮ ਕਰ ਸਕਦਾ ਹੈ, ਕੋਈ ਵੀ ਤੁਹਾਡਾ ਅੰਦਰ ਜਿਹੜਾ ਹੈ ਨਾ ਤੁਹਾਡੇ ਦਿਮਾਗ ਨੂੰ ਕੋਈ ਵੀ ਪੜ੍ਹ ਸਕਦਾ ਹੈ, ਇਹ ਵੀ ਇੱਕ ਸਾਇੰਸ ਹੈ, ਇਹ ਵੀ ਇੱਕ ਪੜ੍ਹਾਈ ਹੈ ਜਿਸ ਨੂੰ ਪੜ੍ਹ ਕੇ ਅੰਦਰ ਨੂੰ ਜਾਣਿਆ ਜਾ ਸਕਦਾ ਹੈ। ਬੜੇ ਲੋਕ ਹੈਗੇ ਨੇ ਇਹੋ ਜਿਹੇ
ਜਿਹੜੇ ਇਦਾਂ ਦੇ ਕੰਮ ਕਰ ਲੈਂਦੇ ਨੇ, ਪਰ ਜਿਹੜਾ ਅਗਿਆਨੀ ਹੋਏਗਾ ਨਾ ਉਹਨੂੰ ਇਹ ਗੱਲ ਪਤਾ ਨਹੀਂ ਹੁੰਦੀ। ਉਹ ਤਾਂ ਇਹੀ ਕਹਿੰਦਾ ਵੇਖੋ ਜੀ ਮੇਰੇ ਅੰਦਰ ਦੀ ਦੱਸ ਦਿੱਤੀ ਇਹਨਾਂ ਨੇ, ਇਹ ਤਾਂ ਬੜੇ ਮਹਾਨ ਮਹਾਂਪੁਰਸ਼ ਨੇ, ਇਹ ਤਾਂ ਬੜੇ ਕਰਨੀ ਵਾਲੇ ਨੇ, ਇਹ ਤਾਂ ਬੜੇ ਉੱਚੇ ਨੇ, ਅਤੇ ਲੋਕ ਜਿਹੜੇ ਨੇ ਉਹ ਵਹੀਰਾਂ ਘੱਤ ਕੇ ਉਸ ਪਾਸੇ ਨੂੰ ਤੁਰ ਪੈਂਦੇ ਨੇ। ਪਰ ਬਾਬਾ ਕਬੀਰ ਜੀ ਕਹਿੰਦੇ ਮੈਂ ਨਹੀਂ ਗਿਆ, ਮੈਂ ਨਹੀਂ ਗਿਆ। ਕਹਿੰਦੇ ਮੈਂ ਪਤਾ ਕਿੱਥੇ ਗਿਆ, ਇੱਕ ਅਵਘਟ ਘਾਟੀ ਰਾਮ ਕੀ। ਅਵਘਟ ਦਾ ਅਰਥ ਹੁੰਦਾ ਔਖੀ। ਕਹਿੰਦੇ ਨੇ ਦੁਨੀਆ ਦੇ ਲੋਕ ਜਿਸ ਰਸਤੇ ਨੂੰ ਔਖਾ ਕਹਿੰਦੇ ਨੇ ਨਾ, ਉਹ ਰਸਤਾ ਕਿਹੜਾ? ਸੱਚ ਵਾਲਾ, ਸੰਤੋਖ ਵਾਲਾ, ਦਇਆ ਵਾਲਾ, ਧੀਰਜ ਵਾਲਾ, ਸੱਚੇ ਗਿਆਨ ਵਾਲਾ। ਕਹਿੰਦੇ ਦੁਨੀਆ ਦੇ ਲੋਕ ਜਿਸ ਰਸਤੇ ਨੂੰ ਔਖਾ ਕਹਿੰਦੇ ਨੇ, ਕਹਿੰਦੇ ਮੈਂ ਤਾਂ ਉਸ ਪਾਸੇ ਨੂੰ ਤੁਰਿਆ। ਮੈਨੂੰ ਪਤਾ ਸ਼ਾਂਤੀ ਕਿੱਥੋਂ ਮਿਲੇਗੀ, ਮੈਨੂੰ ਪਤਾ ਟਿਕਾ ਕਿੱਥੋਂ ਮਿਲੇਗਾ, ਮੈਨੂੰ ਪਤਾ ਆਨੰਦ ਕਿੱਥੋਂ ਮਿਲੇਗਾ, ਮੈਂ ਤਾਂ ਉਸ ਪਾਸੇ ਨੂੰ ਜਾਣਾ। ਲੋਕ ਕਰਮ ਕਾਂਡ ਕਰਕੇ ਸੋਚਦੇ ਨੇ ਜੀਵਨ ਵਿੱਚ ਆਨੰਦ ਆ ਜਾਏਗਾ, ਲੋਕ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਸੋਚਦੇ ਨੇ ਜੀਵਨ ਦੇ ਵਿੱਚ ਆਨੰਦ ਆ ਜਾਏਗਾ। ਬਾਬਾ ਕਬੀਰ ਜੀ ਕਹਿੰਦੇ ਇਹਨਾਂ ਭੋਲਿਆਂ ਨੂੰ ਪਤਾ ਨਹੀਂ ਕਿ ਆਨੰਦ ਕਿੱਥੇ ਹੈ। ਆਨੰਦ ਤਾਂ ਸੱਚ ਦੇ ਵਿੱਚ ਹੈ, ਆਨੰਦ ਤਾਂ ਸੰਤੋਖ ਦੇ ਵਿੱਚ ਹੈ, ਆਨੰਦ ਤਾਂ ਦਇਆ ਦੇ ਵਿੱਚ ਹੈ, ਆਨੰਦ ਤਾਂ ਧੀਰਜ ਦੇ ਵਿੱਚ ਹੈ, ਆਨੰਦ ਤਾਂ ਨਿਮਰਤਾ ਦੇ ਵਿੱਚ ਹੈ। ਜਿਨ੍ਹਾਂ ਮਨੁੱਖਾਂ ਨੇ ਚੰਗੇ ਗੁਣਾਂ ਨਾਲ ਸਾਂਝ ਪਾਈ ਹੈ, ਜਿਨ੍ਹਾਂ ਮਨੁੱਖਾਂ ਨੇ ਸੱਚ ਨਾਲ ਸਾਂਝ ਪਾ ਲਈ ਹੈ, ਸੱਚੇ ਗਿਆਨ ਦੇ ਨਾਲ ਸਾਂਝ ਪਾ ਲਈ ਹੈ, ਗਿਆਨ ਗੁਰੂ ਨੂੰ ਆਪਾਂ ਸਮਰਪਿਤ ਕਰ ਦਿੱਤਾ ਹੈ, ਅਸਲ ਦੇ ਵਿੱਚ ਸੁਖੀ ਤਾਂ ਉਹ ਲੋਕ ਨੇ, ਆਨੰਦ ਤਾਂ ਉਹ ਮਾਣਦੇ ਪਏ ਨੇ ਆਪਣੀ ਜ਼ਿੰਦਗੀ ਦੇ ਵਿੱਚ। ਕਿਸੇ ਦੇ ਪਿੱਛੇ ਜਾ ਕੇ ਆਨੰਦ ਨਹੀਂ ਮਿਲੇਗਾ, ਜਾਣਾ ਕਿੱਥੇ ਹੈ? ਆਪਣੇ ਅੰਦਰ ਜਾਣਾ ਹੈ, ਆਪਣੇ ਇਸ ਬ੍ਰੇਨ ਦੇ ਅੰਦਰ ਝਾਤੀ ਮਾਰ ਕੇ ਵੇਖਣੀ ਹੈ, ਜਿਹੜਾ ਸੱਚਾ ਗਿਆਨ ਇੱਥੇ ਪਿਆ ਹੈ ਨਾ ਉਹਦੇ ਨਾਲ ਸਾਂਝ ਪਾਉਣੀ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਬਾਬਾ ਤਾਂ ਅੱਜ ਹੈਗਾ ਕੱਲ੍ਹ ਮਰ ਜਾਏਗਾ, ਉਹ ਤਾਂ ਅੱਜ ਬਾਹਰ ਸੀਗਾ ਕੱਲ੍ਹ ਨੂੰ ਜੇਲ੍ਹ ਵਿੱਚ ਹੋਵੇਗਾ, ਪੁੱਠੇ ਕੰਮ ਜੋ ਕੀਤੇ ਨੇ। ਪਰ ਜਿਹੜਾ ਸੱਚਾ ਗੁਰੂ ਹੈ ਨਾ ਉਹ ਜੰਮਦਾ ਮਰਦਾ ਨਹੀਂ, ਉਹ ਤਾਂ ਸਦੀਵ ਹੀ ਹੈਗਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਇਹ ਸੱਚਾ ਗੁਰੂ ਜੇਲ੍ਹ ਵਿੱਚ ਨਹੀਂ ਜਾਂਦਾ, ਉਹ ਅਵਿਨਾਸ਼ੀ ਪੁਰਖ ਹੈ। ਅਵਿਨਾਸ਼ੀ ਹੈ, ਕਦੀ ਨਾਸ਼ ਨਹੀਂ ਹੁੰਦਾ, ਇਹਨੇ ਕਦੀ ਮਰਨਾ ਨਹੀਂ ਹੈ, ਉਹ ਅਵਿਨਾਸ਼ੀ ਪੁਰਖ ਹੈ। ਰਹਿੰਦਾ ਕਿੱਥੇ ਹੈ? ਸਭ ਮੈਂ ਰਿਹਾ ਸਮਾਏ, ਸਭ ਮੈਂ ਰਿਹਾ ਸਮਾਏ, ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ, ਇਸ ਬ੍ਰੇਨ ਦੇ ਵਿੱਚ ਰਹਿੰਦਾ ਸੱਚਾ ਗੁਰੂ। ਕਹਿੰਦੇ ਸਾਂਝ ਪਾਣੀ ਤਾਂ ਸੱਚੇ ਗੁਰੂ ਦੇ ਨਾਲ ਪਾ ਨਾ, ਜਿਹੜਾ ਸੱਚਾ ਗੁਰੂ ਇਸ ਬ੍ਰੇਨ ਦੇ ਵਿੱਚ ਹੈ, ਜਿਹੜਾ ਸੱਚਾ ਗਿਆਨ ਇੱਥੇ ਪਿਆ ਉਹਦੇ ਨਾਲ ਜੁੜ, ਜਿਹੜੇ ਇਸ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜਿਹੜਾ ਇੱਥੇ ਰਤਨ ਜਵਾਹਰ ਮਾਣਿਕ ਪਏ ਨੇ, ਜਿਹੜਾ ਖਜ਼ਾਨਾ ਇੱਥੇ ਪਿਆ ਉਸ ਖਜ਼ਾਨੇ ਨਾਲ ਸਾਂਝ ਪਾ ਨਾ, ਭਾਵ ਚੰਗੇ ਗੁਣਾਂ ਦੇ ਨਾਲ ਸਾਂਝ ਪਾ ਨਾ। ਚੰਗੇ ਗੁਣਾਂ ਨਾਲ ਸਾਂਝ ਪਾਏਗਾ ਜ਼ਿੰਦਗੀ ਸਵਰ ਜਾਏਗੀ। ਕਹਿੰਦੇ ਨੇ ਇੱਕ ਅਵਘਟ ਘਾਟੀ ਰਾਮ ਕੀ। ਜਿਸ ਰਸਤੇ ਨੂੰ, ਜਿਸ ਘਾਟੀ ਨੂੰ ਦੁਨੀਆ ਦੇ ਲੋਕ ਔਖਾ ਕਹਿੰਦੇ, ਕਹਿੰਦੇ ਮੈਂ ਤਾਂ ਉਸ ਪਾਸੇ ਨੂੰ ਤੁਰਿਆ, ਗੁਣਾਂ ਵਾਲੇ ਪਾਸੇ ਨੂੰ, ਸੱਚੇ ਗਿਆਨ ਵਾਲੇ ਪਾਸੇ ਨੂੰ। ਇੱਕ ਅਵਘਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ। ਕਬੀਰ ਜੀ ਕਹਿੰਦੇ ਮੈਂ ਤਾਂ ਉਸ ਪਾਸੇ ਨੂੰ ਗਿਆ, ਮੈਂ ਨਹੀਂ ਜਾਂਦਾ ਲੋਕਾਂ ਦੇ ਪਿੱਛੇ, ਲੋਕ ਜਾਂਦੇ ਹੋਣਗੇ, ਮੈਂ ਨਹੀਂ ਜਾਂਦਾ। ਕਿੱਡੀ ਕਮਾਲ ਦੀ ਵਿਚਾਰ ਹੈ ਨਾ।